ਇਹ ਤਸਵੀਰਾਂ ਪਵਿੱਤਰ ਸ਼੍ਰੀ ਜਗਨਨਾਥ ਮੰਦਿਰ ਦੀਆਂ ਨੇ, ਜਿਸ ਦਾ 46 ਸਾਲਾਂ ਬਾਅਦ ਰਤਨ ਭੰਡਾਰ ਖੋਲਿਆ ਗਿਆ ਹੈ। ਦੱਸਦੀ ਕਿ ਉੜੀਸਾ ਦੇ ਪੁਰੀ ਚ ਸਥਿਤ 12ਵੀਂ ਸਦੀ ਦੇ ਜਗਨਨਾਥ ਮੰਦਿਰ ਦਾ ਰਤਨ ਭੰਡਾਰ ਖੋਲਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਭੰਡਾਰ ਨੂੰ 1978 ਦੇ ਵਿੱਚ ਖੋਲਿਆ ਗਿਆ ਸੀ। ਦੱਸਦੇ ਕਿ ਸੂਬਾ ਸਰਕਾਰ ਦੇ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਮੰਦਿਰ ਦੇ ਵਿੱਚ ਦਾਖਲ ਹੋਏ ਤੇ ਪੂਜਾ ਤੋਂ ਬਾਅਦ ਰਤਨ ਭੰਡਾਰ ਖੋਲ ਦਿੱਤਾ ਗਿਆ। ਕੀਮਤੀ ਵਸਤਾਂ ਸੰਭਾਲ ਕੇ ਰੱਖਣ ਲਈ ਇੱਥੇ ਲੱਕੜ ਦੀਆਂ 6 ਖਾਸ ਤੌਰ ਤੇ ਬਣਾਈਆਂ ਤਿਜੋਰੀਆਂ ਲਿਆਂਦੀਆਂ ਗਈਆਂ ਨੇ, ਜੋ ਅੰਦਰੋਂ ਤਾਂਬੇ ਦੇ ਨਾਲ ਜੜੀਆਂ ਹੋਈਆਂ ਨੇ ਤੇ ਬਾਹਰੋਂ ਲੱਕੜ ਦੀਆਂ ਬਣੀਆਂ ਹੋਈਆਂ ਨੇ। ਟੀਕ ਦੀ ਲੱਕੜ ਨਾਲ ਇਸ ਤਿਜੋਰੀ ਨੂੰ ਤਿਆਰ ਕੀਤਾ ਗਿਆ ਹੈ। ਤਿਜੋਰੀ 4.5 ਫੁੱਟ ਲੰਬੀ ਤੇ 2.5 ਫੁੱਟ ਉੱਚੀ ਹੈ। ਤਿਜੋਰੀ ਬਣਾਉਣ ਵਾਲੇ ਵਰਕਰ ਨੇ ਦੱਸਿਆ ਹੈ ਕਿ ਮੰਦਿਰ ਦੇ ਅਧਿਕਾਰੀਆਂ ਨੇ ਉਹਨਾਂ ਨੂੰ 3 ਦਿਨ ਦਾ ਸਮਾਂ ਦਿੱਤਾ ਸੀ ਤਿਜੋਰੀਆਂ ਬਣਾਉਣ ਦੇ ਲਈ ਤੇ 48 ਘੰਟਿਆਂ ਦੇ ਕੰਮ ਤੋਂ ਬਾਅਦ ਇਹ 6 ਖਾਸ ਤਿਜੋਰੀਆਂ ਤਿਆਰ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਕੀਮਤੀ ਵਸਤਾਂ ਸੰਭਾਲ ਕੇ ਰੱਖੀਆਂ ਜਾਣਗੀਆਂ। ਦੱਸ ਦਈਏ ਕਿ 46 ਸਾਲਾਂ ਬਾਅਦ ਜਗਨਨਾਥ ਮੰਦਿਰ ਦਾ ਇਹ ਰਤਨ ਭੰਡਾਰ ਖੋਲਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਨੂੰ ਖੋਲਣਾ ਇੱਕ ਸਿਆਸੀ ਮੁੱਦਾ ਬਣਿਆ ਹੋਇਆ ਸੀ, ਪਰ ਹੁਣ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਇਸ ਨੂੰ ਖੋਲਿਆ ਗਿਆ ਹੈ ਤੇ ਕੀਮਤੀ ਵਸਤਾਂ ਦੀ ਸੰਭਾਲ ਕੀਤੀ ਜਾ ਰਹੀ ਹੈ। ਸੋ ਇਹ ਤਸਵੀਰਾਂ ਦੇਖੋ ਜਿੱਥੇ ਇਹ ਤਿਜੋਰੀਆਂ ਪਹੁੰਚੀਆਂ ਹੋਈਆਂ ਨੇ, ਬਾਹਰੋਂ ਲੱਕੜ ਦੀਆਂ ਬਣੀਆਂ ਹੋਈਆਂ ਨੇ ਤੇ ਅੰਦਰ ਤਾਂਬਾ ਜੜਿਆ ਹੋਇਆ ਹੈ, ਤੇ ਇਨ੍ਹਾਂ ਹੀ ਤਿਜੋਰੀਆਂ ਦੇ ਵਿੱਚ ਕੀਮਤੀ ਵਸਤਾਂ ਨੂੰ ਸੰਭਾਲ ਕੇ ਰੱਖਿਆ ਜਾਏਗਾ। ਇਹ ਤਸਵੀਰਾਂ ਪਵਿੱਤਰ ਸ਼੍ਰੀ ਜਗਨਨਾਥ ਮੰਦਿਰ ਦੀਆਂ ਨੇ, ਜਿਸ ਦਾ 46 ਸਾਲਾਂ ਬਾਅਦ ਰਤਨ ਭੰਡਾਰ ਖੋਲਿਆ ਗਿਆ ਹੈ। ਦੱਸ ਦਈਏ ਕਿ ਉੜੀਸਾ ਦੇ ਪੁਰੀ ਚ ਸਥਿਤ 12ਵੀਂ ਸਦੀ ਦੇ ਜਗਨਨਾਥ ਮੰਦਿਰ ਦਾ ਰਤਨ ਭੰਡਾਰ ਖੋਲਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਭੰਡਾਰ ਨੂੰ 1978 ਦੇ ਵਿੱਚ ਖੋਲਿਆ ਗਿਆ ਸੀ। ਦੱਸ ਦਈਏ ਕਿ ਸੂਬਾ ਸਰਕਾਰ ਦੇ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਮੰਦਿਰ ਦੇ ਵਿੱਚ ਦਾਖਲ ਹੋਏ ਤੇ ਪੂਜਾ ਤੋਂ ਬਾਅਦ ਰਤਨ ਭੰਡਾਰ ਖੋਲ ਦਿੱਤਾ ਗਿਆ। ਕੀਮਤੀ ਵਸਤਾਂ ਸੰਭਾਲ ਕੇ ਰੱਖਣ ਲਈ ਇੱਥੇ ਲੱਕੜ ਦੀਆਂ 6 ਖਾਸ ਤੌਰ ਤੇ ਬਣਾਈਆਂ ਤਿਜੋਰੀਆਂ ਲਿਆਂਦੀਆਂ ਗਈਆਂ ਨੇ, ਜੋ ਅੰਦਰੋਂ ਤਾਂਬੇ ਦੇ ਨਾਲ ਜੜੀਆਂ ਹੋਈਆਂ ਨੇ ਤੇ ਬਾਹਰੋਂ ਲੱਕੜ ਦੀਆਂ ਬਣੀਆਂ ਹੋਈਆਂ ਨੇ। ਟੀਕ ਦੀ ਲੱਕੜ ਨਾਲ ਇਸ ਤਿਜੋਰੀ ਨੂੰ ਤਿਆਰ ਕੀਤਾ ਗਿਆ ਹੈ। ਤਿਜੋਰੀ 4.5 ਫੁੱਟ ਲੰਬੀ ਤੇ 2.5 ਫੁੱਟ ਉੱਚੀ ਹੈ। ਤਿਜੋਰੀ ਬਣਾਉਣ ਵਾਲੇ ਵਰਕਰ ਨੇ ਦੱਸਿਆ ਹੈ ਕਿ ਮੰਦਿਰ ਦੇ ਅਧਿਕਾਰੀਆਂ ਨੇ ਉਹਨਾਂ ਨੂੰ 3 ਦਿਨ ਦਾ ਸਮਾਂ ਦਿੱਤਾ ਸੀ ਤਿਜੋਰੀਆਂ ਬਣਾਉਣ ਦੇ ਲਈ ਤੇ 48 ਘੰਟਿਆਂ ਦੇ ਕੰਮ ਤੋਂ ਬਾਅਦ ਇਹ 6 ਖਾਸ ਤਿਜੋਰੀਆਂ ਤਿਆਰ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਕੀਮਤੀ ਵਸਤਾਂ ਸੰਭਾਲ ਕੇ ਰੱਖੀਆਂ ਜਾਣਗੀਆਂ। ਦੱਸ ਦਈਏ ਕਿ 46 ਸਾਲਾਂ ਬਾਅਦ ਜਗਨਨਾਥ ਮੰਦਿਰ ਦਾ ਇਹ ਰਤਨ ਭੰਡਾਰ ਖੋਲਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਨੂੰ ਖੋਲਣਾ ਇੱਕ ਸਿਆਸੀ ਮੁੱਦਾ ਬਣਿਆ ਹੋਇਆ ਸੀ, ਪਰ ਹੁਣ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਇਸ ਨੂੰ ਖੋਲਿਆ ਗਿਆ ਹੈ ਤੇ ਕੀਮਤੀ ਵਸਤਾਂ ਦੀ ਸੰਭਾਲ ਕੀਤੀ ਜਾ ਰਹੀ ਹੈ। ਸੋ ਇਹ ਤਸਵੀਰਾਂ ਦੇਖੋ ਜਿੱਥੇ ਇਹ ਤਿਜੋਰੀਆਂ ਪਹੁੰਚੀਆਂ ਹੋਈਆਂ ਨੇ, ਬਾਹਰੋਂ ਲੱਕੜ ਦੀਆਂ ਬਣੀਆਂ ਹੋਈਆਂ ਨੇ ਤੇ ਅੰਦਰ ਤਾਂਬਾ ਜੜਿਆ ਹੋਇਆ ਹੈ, ਤੇ ਇਨ੍ਹਾਂ ਹੀ ਤਿਜੋਰੀਆਂ ਦੇ ਵਿੱਚ ਕੀਮਤੀ ਵਸਤਾਂ ਨੂੰ ਸੰਭਾਲ ਕੇ ਰੱਖਿਆ ਜਾਏਗਾ। ਇਹ ਤਸਵੀਰਾਂ ਪਵਿੱਤਰ ਸ਼੍ਰੀ ਜਗਨਨਾਥ ਮੰਦਿਰ ਦੀਆਂ ਨੇ, ਜਿਸ ਦਾ 46 ਸਾਲਾਂ ਬਾਅਦ ਰਤਨ ਭੰਡਾਰ ਖੋਲਿਆ ਗਿਆ ਹੈ। ਦੱਸ ਦਈਏ ਕਿ ਉੜੀਸਾ ਦੇ ਪੁਰੀ ਚ ਸਥਿਤ 12ਵੀਂ ਸਦੀ ਦੇ ਜਗਨਨਾਥ ਮੰਦਿਰ ਦਾ ਰਤਨ ਭੰਡਾਰ ਖੋਲਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਭੰਡਾਰ ਨੂੰ 1978 ਦੇ ਵਿੱਚ ਖੋਲਿਆ ਗਿਆ ਸੀ। ਦੱਸ ਦਈਏ ਕਿ ਸੂਬਾ ਸਰਕਾਰ ਦੇ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਮੰਦਿਰ ਦੇ ਵਿੱਚ ਦਾਖਲ ਹੋਏ ਤੇ ਪੂਜਾ ਤੋਂ ਬਾਅਦ ਰਤਨ ਭੰਡਾਰ ਖੋਲ ਦਿੱਤਾ ਗਿਆ। ਕੀਮਤੀ ਵਸਤਾਂ ਸੰਭਾਲ ਕੇ ਰੱਖਣ ਲਈ ਇੱਥੇ ਲੱਕੜ ਦੀਆਂ 6 ਖਾਸ ਤੌਰ ਤੇ ਬਣਾਈਆਂ ਤਿਜੋਰੀਆਂ ਲਿਆਂਦੀਆਂ ਗਈਆਂ ਨੇ, ਜੋ
ਅੰਦਰੋਂ ਤਾਂਬੇ ਦੇ ਨਾਲ ਜੜੀਆਂ ਹੋਈਆਂ ਨੇ ਤੇ ਬਾਹਰੋਂ ਲੱਕੜ ਦੀਆਂ ਬਣੀਆਂ ਹੋਈਆਂ ਨੇ। ਟੀਕ ਦੀ ਲੱਕੜ ਨਾਲ ਇਸ ਤਿਜੋਰੀ ਨੂੰ ਤਿਆਰ ਕੀਤਾ ਗਿਆ ਹੈ। ਤਿਜੋਰੀ 4.5 ਫੁੱਟ ਲੰਬੀ ਤੇ 2.5 ਫੁੱਟ ਉੱਚੀ ਹੈ। ਤਿਜੋਰੀ ਬਣਾਉਣ ਵਾਲੇ ਵਰਕਰ ਨੇ ਦੱਸਿਆ ਹੈ ਕਿ ਮੰਦਰ ਦੇ ਅਧਿਕਾਰੀਆਂ ਨੇ ਉਹਨਾਂ ਨੂੰ 3 ਦਿਨ ਦਾ ਸਮਾਂ ਦਿੱਤਾ ਸੀ ਤਿਜੋਰੀਆਂ ਬਣਾਉਣ ਦੇ ਲਈ ਤੇ 48 ਘੰਟਿਆਂ ਦੇ ਕੰਮ ਤੋਂ ਬਾਅਦ ਇਹ 6 ਖਾਸ ਤਿਜੋਰੀਆਂ ਤਿਆਰ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਕੀਮਤੀ ਵਸਤਾਂ ਸੰਭਾਲ ਕੇ ਰੱਖੀਆਂ ਜਾਣਗੀਆਂ। ਦੱਸ ਦਈਏ ਕਿ 46 ਸਾਲਾਂ ਬਾਅਦ ਜਗਨਨਾਥ ਮੰਦਿਰ ਦਾ ਇਹ ਰਤਨ ਭੰਡਾਰ ਖੋਲਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਨੂੰ ਖੋਲਣਾ ਇੱਕ ਸਿਆਸੀ ਮੁੱਦਾ ਬਣਿਆ ਹੋਇਆ ਸੀ, ਪਰ ਹੁਣ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਇਸ ਨੂੰ ਖੋਲਿਆ ਗਿਆ ਤੇ ਕੀਮਤੀ ਵਸਤਾਂ ਦੀ ਸੰਭਾਲ ਕੀਤੀ ਜਾ ਰਹੀ ਹੈ। ਸੋ ਇਹ ਤਸਵੀਰਾਂ ਦੇਖੋ ਜਿੱਥੇ ਇਹ ਤਿਜੋਰੀਆਂ ਪਹੁੰਚੀਆਂ ਹੋਈਆਂ ਨੇ, ਬਾਹਰੋਂ ਲੱਕੜ ਦੀਆਂ ਬਣੀਆਂ ਹੋਈਆਂ ਨੇ ਤੇ ਅੰਦਰ ਤਾਂਬਾ ਜੜਿਆ ਹੋਇਆ ਹੈ, ਤੇ ਇਨ੍ਹਾਂ ਹੀ ਤਿਜੋਰੀਆਂ ਦੇ ਵਿੱਚ ਕੀਮਤੀ ਵਸਤਾਂ ਨੂੰ ਸੰਭਾਲ ਕੇ ਰੱਖਿਆ ਜਾਏਗਾ।